ਹਾਂਜੀ ਬਹਾਦਰ ਵਿੱਚ ਛੇ ਮਹੀਨਾ ਮਨਾਇਆ ਜਾ ਰਿਹਾ, ਉਹਦੇ ਬਾਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਫਤਿਹ। ਜੋ ਛਿੰਝ ਮੇਲਾ ਨੌ ਪਿੰਡ ਬਹਾਦਰ ਵਿਖੇ ਮਨਾਇਆ ਜਾ ਰਿਹਾ ਹੈ, ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਆਪ ਤੁਹਾਨੂੰ ਥੋੜ੍ਹਾ ਜਿਹਾ ਇਸਦਾ ਇਤਿਹਾਸ ਦੱਸ ਦਿੰਦਾ ਹਾਂ ਕਿ ਅਸੀਂ ਸਾਡੇ ਬਜ਼ੁਰਗ ਸਨ ਜੋ ਉਹ ਪਾਕਿਸਤਾਨ ਤੋਂ ਆਏ ਸਨ, ਜ਼ਿਲ੍ਹਾ ਗੁਰਦਾਸਪੁਰ ਹੀ ਸੀ, ਸ਼ਕਰਗੜ੍ਹ ਤਹਿਸੀਲ ਸੀ। ਉੱਥੋਂ ਜਦੋਂ ਚੱਲ ਕੇ ਆਏ ਸੀ ਉੱਥੇ ਪਾਕਿਸਤਾਨ ਵੀ ਇਹ ਛਿੰਝ ਮੇਲਾ ਕਰਾਉਂਦੇ ਸਨ, ਉਹਨਾਂ ਦੀ ਉਸੇ ਵਿਰਾਸਤ ਨੂੰ ਅਸੀਂ ਲੈ ਕੇ ਅੱਗੇ ਚੱਲੇ ਹਾਂ ਅਤੇ ਉਸ ਵਿਰਾਸਤ ਨੂੰ ਅਸੀਂ ਜਮਦਾ ਦੇਸ਼ ਆਜ਼ਾਦ ਹੋਇਆ 47 ਤੋਂ ਬਾਅਦ ਇਹ ਅਸੀਂ ਮੇਲਾ ਜੋ ਉਸ ਲਗਾਤਾਰ ਕਾਇਮ ਰੱਖਿਆ। ਸਿਰਫ ਕੋਵਿਡ ਕਰਕੇ ਇੱਕ ਦੋ ਵਾਰੀ ਛਿੰਝ ਨਹੀਂ ਕਰਾ ਸਕੇ, ਇੱਕ ਦੋ ਸਾਲ ਨਹੀਂ ਤਾਂ ਲਗਾਤਾਰ ਜੋ ਹੈ ਮੇਲਾ ਹੋਇਆ। ਹੁਣ ਅਸੀਂ ਦਿਨ ਬ ਦਿਨ ਅਸੀਂ ਕੀ ਕਰ ਰਹੇ ਹਾਂ, ਅਸੀਂ ਥੋੜ੍ਹਾ ਜਿਹਾ ਨੂੰ ਦੂਸਰੇ ਪਾਸੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਸੰਗਤ ਆ ਰਹੀ ਸੀ, ਅਸੀਂ ਇਹ ਲੋਕਾਂ ਨੂੰ ਇਹ ਗੱਲ ਕਹੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਜੋ ਹੈ ਨਸ਼ਿਆਂ ਦੇ 'ਚ ਡੁੱਬ ਗਈ ਹੈ, ਨੌਜਵਾਨ ਪੀੜ੍ਹੀ ਕੰਮ ਕਰਕੇ ਖੁਸ਼ ਨਹੀਂ, ਪੜ੍ਹਾਈ ਕਰਕੇ ਖੁਸ਼ ਨਹੀਂ, ਉਹ ਸਾਰੇ ਦੇ ਸਾਰੇ ਜੋ ਹੈ ਬਾਹਰ ਵਿਦੇਸ਼ਾਂ ਵਿੱਚ ਜਾਂਦੇ ਹਨ, ਕਿਉਂਕਿ ਜਦੋਂ 5ਵੀਂ ਜਾਂ 6ਵੀਂ ਪਾਸ ਕਰਕੇ ਜਾਂ 4ਵੀਂ ਪਾਸ ਕਰਕੇ ਪਾਸਪੋਰਟ ਜੇਬ 'ਚ ਪਾ ਲੈਂਦੇ ਹਨ ਅਤੇ ਮਾਂ ਪਿਓ ਨੂੰ ਤੰਗ ਕਰਕੇ 50-60 ਲੱਖ ਰੁਪਈਆ ਦੇ ਕੇ ਬਾਹਰ ਜਾਂਦੇ, ਉੱਥੇ ਵੀ ਲੇਬਰ ਕਰਦੇ ਹਨ, ਕੋਈ ਇਹ ਨਹੀਂ ਵੀ ਕੋਈ ਇੰਜੀਨੀਅਰ ਹੈ ਡਾਕਟਰ ਹੈ। ਅਤੇ ਅਸੀਂ ਇਸ ਕਰਕੇ ਬੱਚਿਆਂ ਦਾ ਧਿਆਨ ਜੋ ਹੈ ਨਸ਼ਿਆਂ ਵਾਲੇ ਪਾਸਿਓਂ ਘੱਟ ਕਰਨ ਵਾਸਤੇ ਅਸੀਂ ਇਹ ਕੀਤਾ ਹੈ ਕਿ ਅਸੀਂ ਅੱਗੇ ਅਗਲੇ ਸਾਲ ਤੋਂ ਜੋ ਵੀ ਬੱਚਾ ਪੋਸਟ ਗ੍ਰੈਜੂਏਸ਼ਨ ਕਰੇਗਾ, ਡਾਕਟਰੀ ਕਰੇਗਾ, ਇੰਜੀਨੀਅਰ ਕਰੇਗਾ, UPSC ਕਰੇਗਾ, IPS, IAS, MBA, ਅਸੀਂ ਉਸਨੂੰ 10,000 ਰੁਪਏ ਸਕਾਲਰਸ਼ਿਪ ਦੇ ਨਾਲ ਉਸਦਾ ਸਾਥ ਦੇਣਾ ਸ਼ੁਰੂ ਕਰਾਂਗੇ। ਨਾਲ ਹੀ ਅਸੀਂ ਜੋ ਪਿੰਡ ਦੇ ਬਜ਼ੁਰਗ ਹਨ ਉਹਨਾਂ ਦਾ ਅਸੀਂ ਜੋ ਹੈ ਸਨਮਾਨ ਕਰਨਾ ਹੈ। ਪਿੰਡ ਦੇ ਬਜ਼ੁਰਗਾਂ ਵਾਸਤੇ ਅਸੀਂ ਅਗਲੇ ਸਾਲ ਤੋਂ 65 ਸਾਲ ਤੋਂ ਉੱਪਰ ਵਾਲੇ ਬੱਚਿਆਂ ਲਈ ਜੋ ਹੈ ਉਹ ਅਸੀਂ ਟੱਗ ਆਫ ਵਾਰ ਜੋ ਹੈ ਰੱਸੀ ਖਿੱਚਣਾ, ਉਹ ਰੱਸਾ ਖਿੱਚਣਾ ਉਸਨੂੰ ਅਸੀਂ ਜੋ ਹੈ ਉਹ ਸ਼ੁਰੂ ਕਰ ਰਹੇ ਹਾਂ। ਇਸ ਵਾਰ ਜੋ ਹੈ ਸੰਗਤਾਂ ਦਾ ਜੋ ਹੜ੍ਹ ਸੀ, ਹੜ੍ਹ ਆਇਆ ਹੋਇਆ ਸੀ, ਪਰ ਬਹੁਤ ਖੁਸ਼ ਹੋਇਆ ਕਿ ਕਿਉਂਕਿ ਸਾਡੇ ਪਿੰਡ ਨੂੰ ਲੋਕ ਇੰਨਾ ਪਿਆਰ ਕਰਦੇ ਹਨ ਛਿੰਝ ਨੂੰ ਕਿ ਬਿਨਾਂ ਅਸੀਂ ਕਿਸੇ ਅਨਾਊਂਸਮੈਂਟ ਦੇ ਦੁਨੀਆ ਜੋ ਹੈ ਸਾਡੇ ਪਿੰਡ ਨੂੰ ਆ ਜਾਂਦੀ ਹੈ। ਬਸ ਮੈਂ ਇੱਕੋ ਹੀ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਇਸ ਸੱਭਿਆਚਾਰਕ ਦੇ ਨਾਲ ਜੁੜੇ ਹੋ, ਕਬੱਡੀ ਦੇ ਨਾਲ ਜੁੜੇ ਹੋ, ਉਸੇ ਹੀ ਤਰ੍ਹਾਂ ਕਿਰਪਾ ਕਰਕੇ ਥੋੜ੍ਹਾ ਜਿਹਾ ਆਪਣੇ ਸਿੱਖ ਵਿਰਸੇ ਦੇ ਨਾਲ ਵੀ ਜੁੜ ਜਾਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਕੌਮ ਜੋ ਸਾਡੀ ਅੱਜ ਦੋ ਦੇਖੋ ਹੈ ਨੌਜਵਾਨ ਜੋ ਹੈ 80% ਨੌਜਵਾਨ ਜੋ ਰਿਹਾ ਹੈ ਉਹ ਪਤਿਤ ਹੋ ਚੁੱਕਾ ਹੈ, ਪੜ੍ਹਾਈ ਵਾਲੇ ਪਾਸਿਓਂ ਵੀ ਔਰ ਧਾਰਮਿਕ ਸਿੱਖਿਆ ਤੋਂ ਵੀ ਉਹ ਖਤਮ ਦੂਰ ਹੋ ਗਿਆ ਹੈ। ਗੁਰੂ ਨਾਲ ਪਿਆਰ ਕਰਨਾ ਸਿੱਖੋ, ਧਾਰਮਿਕ ਸਿੱਖਿਆ ਜਿਸ ਨੇ ਗੁਰੂ ਨਾਲ ਪਿਆਰ ਕੀਤਾ ਹੈ ਉਹ ਸਭ ਨੂੰ ਪਿਆਰ ਕਰੇਗਾ, ਉਹ ਜ਼ਿੰਦਗੀ ਵਿੱਚ ਕਦੀ ਮਾਰ ਨਹੀਂ ਖਾਏਗਾ। ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਉਣ ਵਾਲੇ ਸਮਿਆਂ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਕਿ ਤੁਸੀਂ ਪਤਿਤ ਨਾ ਹੋਵੋ, ਗੁਰੂ ਦੇ ਨਾਲ ਜੁੜੋ ਅਤੇ ਆਪਣੇ ਸੱਭਿਆਚਾਰਕ ਨੂੰ ਗੁਰੂ ਦੇ ਨਾਲ ਜੁੜ ਕੇ ਵੀ ਤੁਸੀਂ ਕਾਇਮ ਰੱਖ ਸਕਦੇ ਹੋ। ਇੰਨਾ ਕੁਛ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਅਸੀਂ ਹੁਣ ਤੱਕ ਅਸੀਂ ਦੋ ਹੀ ਨਾਮ ਦਿੱਤੇ ਹਨ, ਇੱਕ ਸ਼ੀਲਡ ਦਿੱਤੀ ਹੈ ਗਾਇਕ ਨੂੰ ਅਤੇ ਦੂਸਰੀ ਸ਼ੀਲਡ ਅਸੀਂ ਮੈਂ ਉਹ ਭੁੱਲ ਗਿਆ ਦੱਸਣਾ, ਸਾਡੇ ਪਿੰਡ ਦਾ ਬੱਚਾ ਜੋ ਇੱਕੋ ਇੱਕ ਬੱਚਾ ਹੈ ਜੋ ਕਿ ਡਾਕਟਰ ਬਣਿਆ ਹੈ MD, ਅਸੀਂ ਉਸ ਬੱਚੇ ਨੂੰ ਸਨਮਾਨਿਤ ਕੀਤਾ ਹੈ ਤਾਂ ਕਿ ਦੂਸਰਿਆਂ ਵਾਸਤੇ ਇੱਕ ਉਦਾਹਰਣ ਬਣੇ, ਦੂਸਰਿਆਂ ਵਾਸਤੇ ਇੰਸਪਾਇਰੇਸ਼ਨਲ ਬਣੇ, ਦੂਸਰਿਆਂ ਵਾਸਤੇ ਮੋਟੀਵੇਸ਼ਨ ਬਣੇ ਕਿ ਪੜ੍ਹਾਈ ਦਾ ਕਿੰਨਾ ਮੁੱਲ ਹੈ। ਇਹ ਬੱਚਾ ਅਮਰੀਕਾ ਕੈਨੇਡਾ ਵਾਲਾ ਸਾਰਾ ਨਾਲੋਂ ਸਾਰਾ ਗੁਣਾ ਚੰਗਾ ਹੈ, ਜੋ ਪੜ੍ਹਾਈ ਕਰ ਲਈ ਜਿਸਨੇ ਉਹ ਅਮਰੀਕਾ ਵਾਲੇ ਵੀ ਆ ਕੇ ਉਹਦੇ ਚਰਨਾਂ 'ਚ ਪੈਣਗੇ। ਤਾਂ ਕਿਰਪਾ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਬੱਚਿਆਂ ਨੂੰ ਜੋ ਚੱਲ ਗਏ ਹਨ ਚੱਲ ਗਏ, ਹੁਣ ਪੜ੍ਹਾਈ ਵਾਲੇ ਬੱਚਿਆਂ ਨੂੰ ਲਓ 50 ਲੱਖ ਰੁਪਏ ਪੜ੍ਹਾਈ ਨਾਲ ਲਗਾ ਕੇ ਤੁਸੀਂ 50 ਲੱਖ ਲੋਨ ਲੈ ਲਓ, 1 ਕਰੋੜ 'ਚ ਤੁਸੀਂ ਬੱਚੇ ਨੂੰ ਡਾਕਟਰ ਇੰਜੀਨੀਅਰ ਜਾਂ ਕੁਛ ਵੀ ਬਣਾ ਸਕਦੇ ਹੋ। ਇਹ ਮੈਂ ਤੁਹਾਨੂੰ ਦੱਸਿਆ ਵੀ ਅਜਾਦੀ ਤੋਂ ਬਾਅਦ ਲਗਾਤਾਰ ਮੈਂ ਤਾਂ ਹੱਥ ਜੋੜ ਕੇ ਸਭ ਨੂੰ ਇਹੋ ਬੇਨਤੀ ਕਰਾਂਗਾ ਹਰੇਕ ਪਿੰਡ ਇਹ ਸ਼ੁਰੂ ਕਰੇ ਅਤੇ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਮੋਟੀਵੇਟ ਕਰੇ ਤਾਂ ਕਿ ਸਾਡੇ ਬੱਚੇ ਜੋ ਹੈ ਪੜ੍ਹ ਕੇ, ਅੱਜ ਮੈਂ ਅੱਗੇ ਵੀ ਕਿਹਾ ਕਿ 23 ਜ਼ਿਲ੍ਹਿਆਂ ਦੇ ਵਿੱਚੋਂ 19 ਜ਼ਿਲ੍ਹਿਆਂ ਦੇ ਜੋ IPS ਐਂਡ IAS DC ਅਤੇ SSP ਉਹ ਬਾਹਰਲੇ ਮੁਲਕਾਂ ਦੇ ਬਾਹਰਲੇ ਸਟੇਟਾਂ ਦੇ ਹਨ।
ਕੋਈ ਜ਼ਮਾਨਾ ਸੀ ਜਦੋਂ ਅਸੀਂ ਪੈਦਾ ਹੋਏ ਸੀ, ਅਸੀਂ ਜਵਾਨ ਹੋਏ ਸੀ, 23 ਦੇ 23 ਸਰਦਾਰ ਹੁੰਦੇ ਸੀ, DC 23 ਦੇ 23 SSP ਸਰਦਾਰ ਹੁੰਦੇ ਸਨ, ਔਰ ਉਹ ਵੀ ਸਾਬਤ ਸੂਰਤ। ਅੱਜ ਕੋਈ ਸਾਬਤ ਸੂਰਤ ਨਹੀਂ ਮਿਲਦਾ ਪਿਆ, ਅੱਜ ਕੋਈ ਸਰਦਾਰ ਦੂਸਰਾ ਵੀ ਨਹੀਂ ਮਿਲਦਾ ਪਿਆ, ਕਿਉਂਕਿ ਸਾਰੇ ਦੇ ਸਾਰੇ ਵਿਦੇਸ਼ਾਂ ਵਿੱਚ ਜਾਣ ਉੱਤੇ ਬੈਠੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਜੋ ਨਵੇਂ ਪਿੰਡ ਬਹਾਦਰ ਇਹ ਬਹੁਤ ਪੁਰਾਣਾ ਮੇਲਾ, ਅਤੇ ਜੋ ਪੰਜਾਬ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਮੇਲੇ ਹੁੰਦੇ ਨੇ, ਉਹਨਾਂ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਆਪਸੀ ਪਿਆਰ, ਇੱਕ ਉਤਸ਼ਾਹ। ਅਤੇ ਇਹਨਾਂ ਜੋ ਮੇਲੇ ਹਨ, ਇਹਨਾਂ ਦੇ ਵਿੱਚ ਜਵਾਨਾਂ ਦਾ ਵੀ ਉਤਸ਼ਾਹ ਹੁੰਦਾ ਅਤੇ ਆਮ ਸੰਗਤ ਦਾ ਪਿਆਰ ਹੁੰਦਾ। ਇਸ ਸੰਗਤ ਜੋ ਮੇਲਾ ਹੈ, ਇਹਦੇ ਵਿੱਚ ਬਹੁਤ ਹੀ ਪਿਆਰ ਮਿਲਦਾ ਅਤੇ ਸੰਗਤਾਂ ਨੂੰ ਉਤਸ਼ਾਹ ਮਿਲਦਾ, ਕਿਉਂਕਿ ਇੱਕ ਦੂਜੇ ਜਦੋਂ ਅਸੀਂ ਨਾਂ ਵੰਡਣੇ ਹਾਂ ਅਤੇ ਦੂਸਰੇ ਬੱਚਿਆਂ ਦੇ ਵਿੱਚ ਵੈਸੇ ਹੀ ਚਾਅ ਆ ਜਾਂਦਾ ਕਿ ਸਾਡਾ ਵੀ ਅਸੀਂ ਵੀ ਖੇਡੀਏ ਅਤੇ ਅਸੀਂ ਵੀ ਨਾਮ ਪ੍ਰਾਪਤ ਕਰੀਏ। ਹਾਂਜੀ, ਅਤੇ ਇਸ ਕਰਕੇ ਸੱਭਿਆਚਾਰ ਮੇਲੇ ਜਿਹੜੇ ਨੇ ਹਰ ਪਿੰਡ ਦੇ ਵਿੱਚ ਮੈਂ ਕਰਨਾ ਹੋਣਾ ਚਾਹੀਦਾ, ਕੋਈ ਨਾ ਕੋਈ ਤਰੀਕ ਰੱਖ ਲਓ, ਮੇਲਾ ਰੱਖ ਲਓ, ਅਤੇ ਇਹਦੇ ਵਿੱਚ ਵੱਧ ਤੋਂ ਵੱਧ ਜਿਸ ਤਰ੍ਹਾਂ ਸਾਡੇ ਪਿੰਡ ਦੇ ਬੱਚੇ ਨੇ, ਪਹਿਲਵਾਨ ਨੇ, ਕਬੱਡੀ ਖਿਡਾਰੀ ਨੇ, ਇਹਨਾਂ ਨੂੰ ਵੱਧ ਤੋਂ ਵੱਧ ਉਤਸ਼ਾਹ ਦੇਣਾ ਚਾਹੀਦਾ, ਅਤੇ ਸਾਡੇ ਪਿੰਡ ਵੱਲੋਂ ਵੱਧ ਤੋਂ ਵੱਧ ਉਤਸ਼ਾਹ ਦਿੱਤਾ ਜਾਂਦਾ, ਐਸੀ ਗੱਲ ਨਹੀਂ ਹੈ। ਇਹ ਪਿਛਲੇ ਪਿੰਡ ਜ਼ਿਲ੍ਹਾ ਗੁਰਦਾਸਪੁਰ ਸੀ, ਤਹਿਸੀਲ ਸ਼ਕਰਗੜ੍ਹ, ਪਿੰਡ ਅਸੈਂਬਲੀ ਟਾਂਡਾ, ਉੱਥੋਂ ਹੀ ਚੱਲਦਾ ਆ ਰਿਹਾ। ਅਤੇ ਇਹ ਮੇਲਾ ਬੜਾ ਪੁਰਾਣਾ, ਪਿੰਡ ਦੀ ਯਾਦ ਦੇ ਵਿੱਚ ਡੰਗਰਾਂ ਦੀ ਭਲਾਈ, ਜੋ ਆਪਣੇ ਜੀ ਆਪਣੇ ਸੰਗਤ ਆ ਪਿੰਡ ਦੀ, ਉਹਦੀ ਭਲਾਈ ਵਾਸਤੇ ਹਰ ਸਾਲ ਜਿਹੜਾ ਮੇਲਾ ਕਰਾਇਆ ਜਾਂਦਾ।